ਤੈਨੂੰ ਘੁਮਾਈ ਫਿਰ ਸਟੇਅਰਿੰਗ। ਇਹ ਹੁੰਦਾ ਪੁਰਾਣੇ ਡਰਾਈਵਰਾਂ ਦੀ ਕਾਰਗਰਦਗੀ ਤੇ ਕੰਮ ਵੀ ਵੀਰ ਇੱਦਾਂ ਹੀ ਨਿਬੜਦੇ ਆ ਜ਼ਿਮੀਦਾਰਾਂ ਦੇ, ਕਿੱਛੇ ਛੇਤੀ ਕੰਮ ਹਰ ਹੋਵੇ ਨਿਬੜੇ ਕੰਮ। ਅਦੇ ਮੁੜ ਗਿਆ ਜੀ, ਦੇਖੋ ਦੋਸਤੋ ਇਹ ਜੀ ਜਗ੍ਹਾ ਵਾ, ਇੱਥੇ ਵਾਹ ਰਹੇ ਅਸੀਂ ਯਾਨੀ ਕਿ ਝੋਨੇ ਦੀ ਪਨੀਰੀ ਦੇ ਵਾਸਤੇ ਜ਼ਮੀਨ ਤਿਆਰ ਕਰ ਰਹੇ ਹਾਂ। ਬਸ ਹੱਲ ਚਲਾਇਆ ਜਾ ਰਿਹਾ ਵਾ, ਯਾਨੀ ਕਿ ਕੰਘੀ ਹੱਲ ਚਲਾਇਆ ਜਾ ਰਿਹਾ। 375 MF ਟਰੈਕਟਰ ਆ, 1996 ਮਾਡਲ ਆ। ਇਹ ਤੁਸੀਂ ਦੋਸਤੋ ਦੇਖਦੇ ਪਏ ਹੋਣੇ ਯਾਨੀ ਕਿ ਝੋਨੇ ਦੇ ਪਨੀਰੀ ਦਾ ਅਮਲ ਕਿੱਦਾਂ ਕੀਤਾ ਜਾਂਦਾ ਵਾ। ਅਤੇ ਬਸ ਹੁਣ ਜ਼ਮੀਨ ਤਕਰੀਬਨ ਤਿਆਰ ਹੋ ਗਈ ਆ, ਇਸ ਤੋਂ ਬਾਅਦ ਉੱਤੇ ਹੁਣ ਹਲ ਦੇ ਥੱਲੇ ਰੱਖ ਕੇ ਆਪਾਂ ਸੁਹਾਗਾ ਮਾਰਨਾ ਇੱਕ ਦਫਾ, ਫਿਰ ਵਾਸਤੇ ਜ਼ਮੀਨ ਓਕੇ ਤਿਆਰ ਹੋ ਜਾਣੀ ਬੀਜ ਵਾਸਤੇ, ਬੀਜ ਖਿਲਾਰਨ ਵਾਸਤੇ। ਅਤੇ ਦੋਸਤੋ ਹੱਲਾਂ ਦੇ ਥੱਲੇ ਰੱਖ ਕੇ ਸੁਹਾਗਾ ਇਸ ਟਾਈਮ ਅਸੀਂ ਮਾਰਨ ਲੱਗੇ। ਦੇਖੋ 375 MF ਟਰੈਕਟਰ ਹੈ, ਤੁਹਾਨੂੰ ਸਿਰ ਦੇ ਨਾਲ ਚੈੱਕ ਕਰਾਉਂਦੇ ਹਾਂ, ਕਿਸੇ ਦੀ ਪਰਫੋਰਮੈਂਸ ਚੈੱਕ ਕਰਾਉਂਦੇ ਹਾਂ। ਜ਼ਮੀਨ ਆ ਪਨੀਰੀ ਵਾਸਤੇ, ਝੋਨੇ ਦੀ ਪਨੀਰੀ ਵਾਸਤੇ ਤਿਆਰ ਕਰਦੇ ਪਏ ਹਾਂ। ਅੱਗੇ ਹੱਲ ਮਾਰ ਚੁੱਕੇ, ਥੋੜ੍ਹੇ ਜਿਹੇ ਹੱਲਾਂ ਨੂੰ ਥੱਲੇ ਰੱਖ ਕੇ ਸੁਹਾਗਾ ਮਾਰ ਰਹੇ ਹਾਂ। ਪਿੱਛੋਂ ਪ੍ਰੈਸ ਕੀਤੀ ਜਾ ਰਿਹਾ ਬਿਲਕੁਲ, ਆਹ ਦੇਖੋ ਥੱਲੇ ਪ੍ਰੈਸ ਹੁੰਦੀ ਜਾਂਦੀ ਹੈ ਜ਼ਮੀਨ। ਮਾਸ਼ਾਅੱਲਾ ਡਰਾਈਵਰ ਮਾਸ਼ਾਅੱਲਾ ਕਾਫੀ ਹੈਵੀ ਆ, ਸਲੋ ਸਪੀਡ 'ਚ ਕੰਮ ਨਹੀਂ ਕਰਦੇ ਕਿਉਂ ਕਾਫੀ ਪੁਰਾਣੇ ਡਰਾਈਵਰ ਹੈ। ਇਹ ਗੱਡੀ ਨੂੰ ਖਿੱਚ ਕੇ ਹੀ ਰੱਖਦੇ, ਯਾਨੀ ਕਿ ਤੇਜ਼ ਸਪੀਡ 'ਚ ਹੀ ਹੱਲ ਚਲਾਉਂਦੇ, ਹਰ ਸ਼ਾਇਦ ਤੇਜ਼ ਸਪੀਡ 'ਚ ਹੀ ਕੰਮ ਕੀਤਾ ਜਾਂਦਾ। ਚਾਲੀ ਸਾਲ ਦੀ ਡਰਾਈਵਰੀ ਮਾਸ਼ਾਅੱਲਾ ਕਰਦੇ ਇਹਨਾਂ ਨੂੰ ਹੋ ਗਏ ਆ, ਕਾਫੀ ਓਲਡ ਡਰਾਈਵਰ ਆ, ਪੁਰਾਣੇ ਡਰਾਈਵਰ ਆ, ਓਲਡ ਇਜ਼ ਗੋਲਡ ਉਹ ਹਿਸਾਬ ਆ। ਵਕਤ ਪਾਇਆ ਖਿੱਚੀ ਫਿਰਦੇ ਟੈਕਟਰ, ਉੱਧਰ ਨੂੰ ਘੁਮਾਈ ਫਿਰਦੇ ਉੱਧਰ ਨੂੰ ਘੁਮਾਈ ਫਿਰਦੇ ਸਟੇਅਰਿੰਗ। ਇਹ ਹੁੰਦਾ ਪੁਰਾਣੇ ਡਰਾਈਵਰਾਂ ਦੀ ਕਾਰਗਰਦਗੀ ਤੇ ਕੰਮ ਵੀ ਵੀਰ ਇੱਦਾਂ ਹੀ ਨਿਬੜਦੇ ਆ ਜ਼ਿਮੀਦਾਰਾਂ ਦੇ, ਕਿੱਛੇ ਛੇਤੀ ਕੰਮ ਹਰ ਹੋਵੇ ਨਿਬੜੇ ਕੰਮ। ਅਦੇ ਮੁੜ ਗਿਆ ਜੀ, ਦੇਖੋ ਕਿੱਦਾਂ ਖਿੱਚ ਕੇ ਰੱਖਿਆ ਕੰਮ ਨੂੰ, ਕਿਉਂਕਿ ਮੇਰੇ ਕੋਲ ਤੁਰਨੀ ਨਾਲ ਹੋ ਰਿਹਾ, ਭਾਜਣੀ ਨਾਲ ਨਹੀਂ ਹੋ ਰਿਹਾ, ਤਾਂ ਹੀ ਖੜਾ ਵੀਡੀਓ ਬਣਾ ਰਿਹਾ। ਨਾਲ ਭੱਜਣਾ ਪੈਂਦਾ, ਭੱਜਣ ਦੀ ਵੀਡੀਓ ਸਹੀ ਨਹੀਂ ਬਣਦੀ, ਹਿਲਦੀ ਆ। ਮੈਨੂੰ ਲੱਗਦਾ ਸੁਹਾਗਾ ਜਿਹੜਾ ਪਿੱਛੋਂ ਮਿੱਟੀ ਨਾਲ ਭਰ ਗਿਆ ਵਾ, ਕੋਈ ਤਾਂ ਭਰਿਆ ਜਾਂਦਾ ਪਿਆ ਵਾ। ਇਹ ਆ ਦੇਖਾ ਤਾਂ ਕੱਟਿਆ ਹੀ ਮੋੜ, ਦੇਖੋ ਜੀ ਮੋੜ ਕੱਢਣੇ ਓਲਡ ਡਰਾਈਵਰਾਂ ਦੇ, ਪੁਰਾਣੇ ਡਰਾਈਵਰਾਂ ਦੇ। ਅੱਜ ਕੱਲ੍ਹ ਤਾਂ ਕੱਟ ਸਕਦਾ ਮੋੜ, ਦੇਖੋ ਤੁਹਾਨੂੰ ਦੱਸਦਾ ਮੈਂ ਹੁਣ ਤੁਹਾਨੂੰ ਇਹਦਾ ਮੋੜ ਕੱਟਣਾ ਦਿਖਾਉਂਦਾ। ਇਹ ਹੋ ਗਿਆ ਇੱਕ ਹੋਰ ਟਾਇਰ ਜਾਮ, ਇਹ ਉਹ ਕੱਟੀ ਗਈ ਮੋੜ। ਓਕੇ ਓਕੇ ਮੋੜ ਕੱਟੀ ਗਈ ਹੈ, ਦੇਖੋ ਜੀ ਦੋਸਤੋ ਸਾਡੀ ਵੀਡੀਓ ਤੁਹਾਨੂੰ ਅੱਜ ਦੀ ਕਿੱਦਾਂ ਦਾ ਰਹੀ ਲੱਗੀ, ਸਾਨੂੰ ਕਮੈਂਟਸ ਬੋਕਸ ਜ਼ਰੂਰ ਦੱਸਿਓ।
अगर तुम साढ़े चैनल सबसक्राइब नहीं किया जल्दी साढ़े चैनल सबसक्राइब कर लो ताकि अगे आने इदा के मजीद वीडियो तक जल्द पहुँच सकन।